ਟੂ ਦ ਵਰਸਟ ਕੈਬ ਇਨ ਟਾਊਨ ਬਟ ਅਸੀਂ ਅੱਜ ਫਲਾਈਟ ਫੜਨ ਆਏ ਸੀ ਬਟ ਗਿੱਪੀ ਜੀ ਦਾ ਮਨ ਹੀ ਨਹੀਂ ਕੀਤਾ ਕਹਿੰਦੇ ਨਾ ਸਰਗੁਣ ਅੱਜ ਮੈਂ ਫਲਾਈਟ ਨਹੀਂ ਚੜ੍ਹਨੀ ਅੱਜ ਮੈਂ ਤੁਹਾਨੂੰ ਸਿਰਫ ਏਅਰਪੋਰਟ 'ਤੇ ਲੰਚ ਖਵਾਊਂਗਾ ਗਿੱਪੀ ਜੀ ਥੈਂਕ ਯੂ ਫੋਰ ਦੀ ਅਮੇਜ਼ਿੰਗ ਲੰਚ ਤੁਸੀਂ ਇੰਜੋਏ ਕੀਤਾ ਕਿ ਨਹੀਂ ਬਹੁਤ ਇੰਜੋਏ ਕੀਤਾ ਔਰ ਜਿਹੜੀ ਮੇਨ ਚੀਜ਼ ਸੀਗੀ ਉਤਰ ਗਏ ਗਿੱਪੀ ਜੀ ਪਰ ਇੱਕ ਗੱਲ ਦੱਸਾਂ ਤੁਸੀਂ ਦੋਵਾਂ ਨੇ ਮੈਨੂੰ ਥੈਂਕਸ ਨਹੀਂ ਕੀਤਾ ਕਿਉਂਕਿ ਮੈਨੂੰ ਤਾਂ ਐਕਚੁਅਲੀ ਫਲਾਈਟ ਚੜ੍ਹਨ ਦੀ ਲੋੜ ਵੀ ਨਹੀਂ ਸੀ ਮੈਂ ਤਾਂ ਟੂ ਦ ਵਰਸਟ ਕੈਬ ਇਨ ਟਾਊਨ ਬਟ ਅਸੀਂ ਅੱਜ ਫਲਾਈਟ ਫੜਨ ਆਏ ਸੀ ਬਟ ਗਿੱਪੀ ਜੀ ਦਾ ਮਨ ਹੀ ਨਹੀਂ ਕੀਤਾ ਕਹਿੰਦੇ ਨਾ ਸਰਗੁਣ ਅੱਜ ਮੈਂ ਫਲਾਈਟ ਨਹੀਂ ਚੜ੍ਹਨੀ ਅੱਜ ਮੈਂ ਤੁਹਾਨੂੰ ਸਿਰਫ ਏਅਰਪੋਰਟ 'ਤੇ ਲੰਚ ਖਵਾਊਂਗਾ ਗਿੱਪੀ ਜੀ ਥੈਂਕ ਯੂ ਫੋਰ ਦੀ ਅਮੇਜ਼ਿੰਗ ਲੰਚ ਤੁਸੀਂ ਇੰਜੋਏ ਕੀਤਾ ਕਿ ਨਹੀਂ ਬਹੁਤ ਇੰਜੋਏ ਕੀਤਾ ਔਰ ਜਿਹੜੀ ਮੇਨ ਚੀਜ਼ ਸੀਗੀ ਸਰਗੁਣ ਘੱਟ ਜਾਣਦੀ ਸੀਗੀ ਕਰਨ ਦੇ ਬਾਰੇ ਨੌਲੇਜ ਨਹੀਂ ਸੀ ਜਿੰਨੇ ਤੁਸੀਂ ਮਾਸਕ ਪਾਇਆ ਨਾ ਦੋਵਾਂ ਨੇ ਮੇਰੀ ਸਟੋਰੀ 'ਚ ਸਿਰਫ ਮਾਸਕ ਹੀ ਆਇਆ ਵੈਰੀ ਗੁੱਡ ਫਲਾਈਟ ਸਾਡੀ ਬਹੁਤ ਵਧੀਆ ਰਹੀ ਬਹੁਤ ਵਧੀਆ ਸੀ ਨਾ ਉੱਥੋਂ ਇੱਥੇ ਚੜ੍ਹੇ ਤੇ ਉੱਥੋਂ ਇੱਥੇ ਹੀ ਉਤਰ ਗਏ ਕਮਾਲ ਦੀ ਗੱਲ ਆ ਦੇਖੋ ਬਿਨਾਂ ਚੜ੍ਹੇ ਤੋਂ ਅੱਜ ਇਮੀਗ੍ਰੇਸ਼ਨ ਕਰਾ ਕੇ ਨਿਕਲਦੇ ਬਾਹਰ ਗਿੱਪੀ ਜੀ ਪਰ ਇੱਕ ਗੱਲ ਦੱਸਾਂ ਤੁਸੀਂ ਦੋਵਾਂ ਨੇ ਮੈਨੂੰ ਥੈਂਕਸ ਨਹੀਂ ਕੀਤਾ ਥੈਂਕਸ ਕਰਦਾ ਜੀ ਕਿਉਂਕਿ ਮੈਨੂੰ ਤਾਂ ਐਕਚੁਅਲੀ ਫਲਾਈਟ ਚੜ੍ਹਨ ਦੀ ਲੋੜ ਵੀ ਨਹੀਂ ਸੀ ਸਾਨੂੰ ਤਾਂ ਉੜ ਕੇ ਜਾਂਦੀ ਤੂੰ ਚੜੇਲ ਮੈਂ ਉੜ ਕੇ ਜਾਂਦੀ ਮੈਂ ਤਾਂ ਟੂ ਦ ਵਰਸਟ ਕੈਬ ਇਨ ਟਾਊਨ ਬਟ ਅਸੀਂ ਅੱਜ ਫਲਾਈਟ ਫੜਨ ਆਏ ਸੀ ਬਟ ਗਿੱਪੀ ਜੀ ਦਾ ਮਨ ਹੀ ਨਹੀਂ ਕੀਤਾ ਕਹਿੰਦੇ ਨਾ ਸਰਗੁਣ ਅੱਜ ਮੈਂ ਫਲਾਈਟ ਨਹੀਂ ਚੜ੍ਹਨੀ ਅੱਜ ਮੈਂ ਤੁਹਾਨੂੰ ਸਿਰਫ ਏਅਰਪੋਰਟ 'ਤੇ ਲੰਚ ਖਵਾਊਂਗਾ ਗਿੱਪੀ ਜੀ ਥੈਂਕ ਯੂ ਫੋਰ ਦੀ ਅਮੇਜ਼ਿੰਗ ਲੰਚ ਤੁਸੀਂ ਇੰਜੋਏ ਕੀਤਾ ਕਿ ਨਹੀਂ ਬਹੁਤ ਇੰਜੋਏ ਕੀਤਾ ਔਰ ਜਿਹੜੀ ਮੇਨ ਚੀਜ਼ ਸੀਗੀ ਸਰਗੁਣ ਘੱਟ ਜਾਣਦੀ ਸੀਗੀ ਕਰਨ ਦੇ ਬਾਰੇ ਨੌਲੇਜ ਨਹੀਂ ਸੀ ਜਿੰਨੇ ਤੁਸੀਂ ਮਾਸਕ ਪਾਇਆ ਨਾ ਦੋਵਾਂ ਨੇ ਮੇਰੀ ਸਟੋਰੀ 'ਚ ਸਿਰਫ ਮਾਸਕ ਹੀ ਆਇਆ ਵੈਰੀ ਗੁੱਡ ਫਲਾਈਟ ਸਾਡੀ ਬਹੁਤ ਵਧੀਆ ਰਹੀ ਬਹੁਤ ਵਧੀਆ ਸੀ ਨਾ ਉੱਥੋਂ ਇੱਥੇ ਚੜ੍ਹੇ ਤੇ ਉੱਥੋਂ ਇੱਥੇ ਉਤਰ ਗਏ ਕਮਾਲ ਦੀ ਗੱਲ ਆ ਦੇਖੋ ਬਿਨਾਂ ਚੜ੍ਹੇ ਤੋਂ ਅੱਜ ਇਮੀਗ੍ਰੇਸ਼ਨ ਕਰਾ ਕੇ ਨਿਕਲਦੇ ਬਾਹਰ ਗਿੱਪੀ ਜੀ ਪਰ ਇੱਕ ਗੱਲ ਦੱਸਾਂ ਤੁਸੀਂ ਦੋਵਾਂ ਨੇ ਮੈਨੂੰ ਥੈਂਕਸ ਨਹੀਂ ਕੀਤਾ ਥੈਂਕਸ ਕਰਦਾ ਜੀ ਕਿਉਂਕਿ ਮੈਨੂੰ ਤਾਂ ਐਕਚੁਅਲੀ ਫਲਾਈਟ ਚੜ੍ਹਨ ਦੀ ਲੋੜ ਵੀ ਨਹੀਂ ਸੀ ਸਾਨੂੰ ਤਾਂ ਉੜ ਕੇ ਜਾਂਦੀ ਤੂੰ ਚੜੇਲ ਮੈਂ ਉੜ ਕੇ ਜਾਂਦੀ ਮੈਂ ਤਾਂ ਟੂ ਦ ਵਰਸਟ ਕੈਬ ਇਨ ਟਾਊਨ ਬਟ ਅਸੀਂ ਅੱਜ ਫਲਾਈਟ ਫੜਨ ਆਏ ਸੀ ਬਟ ਗਿੱਪੀ ਜੀ ਦਾ ਮਨ ਹੀ ਨਹੀਂ ਕੀਤਾ ਕਹਿੰਦੇ ਨਾ ਸਰਗੁਣ ਅੱਜ ਮੈਂ ਫਲਾਈਟ ਨਹੀਂ ਚੜ੍ਹਨੀ ਅੱਜ ਮੈਂ ਤੁਹਾਨੂੰ ਸਿਰਫ ਏਅਰਪੋਰਟ 'ਤੇ ਲੰਚ ਖਵਾਊਂਗਾ ਗਿੱਪੀ ਜੀ ਥੈਂਕ ਯੂ ਫੋਰ ਦੀ ਅਮੇਜ਼ਿੰਗ ਲੰਚ ਤੁਸੀਂ ਇੰਜੋਏ ਕੀਤਾ ਕਿ ਨਹੀਂ ਬਹੁਤ ਇੰਜੋਏ ਕੀਤਾ ਔਰ ਜਿਹੜੀ ਮੇਨ ਚੀਜ਼ ਸੀਗੀ ਸਰਗੁਣ ਘੱਟ ਜਾਣਦੀ ਸੀਗੀ ਕਰਨ ਦੇ ਬਾਰੇ ਨੌਲੇਜ ਨਹੀਂ ਸੀ ਜਿੰਨੇ ਤੁਸੀਂ ਮਾਸਕ ਪਾਇਆ ਨਾ ਦੋਵਾਂ ਨੇ ਮੇਰੀ ਸਟੋਰੀ 'ਚ ਸਿਰਫ ਮਾਸਕ ਹੀ ਆਇਆ ਵੈਰੀ ਗੁੱਡ ਫਲਾਈਟ ਸਾਡੀ ਬਹੁਤ ਵਧੀਆ ਰਹੀ ਬਹੁਤ ਵਧੀਆ ਸੀ ਨਾ ਉੱਥੋਂ ਇੱਥੇ ਚੜ੍ਹੇ ਤੇ ਉੱਥੋਂ ਇੱਥੇ ਹੀ ਉਤਰ ਗਏ ਕਮਾਲ ਦੀ ਗੱਲ ਆ ਦੇਖੋ ਬਿਨਾਂ ਚੜ੍ਹੇ ਤੋਂ ਅੱਜ ਇਮੀਗ੍ਰੇਸ਼ਨ ਕਰਾ ਕੇ ਨਿਕਲਦੇ ਬਾਹਰ ਗਿੱਪੀ ਜੀ ਪਰ ਇੱਕ ਗੱਲ ਦੱਸਾਂ ਤੁਸੀਂ ਦੋਵਾਂ ਨੇ ਮੈਨੂੰ ਥੈਂਕਸ ਨਹੀਂ ਕੀਤਾ ਥੈਂਕਸ ਕਰਦਾ ਜੀ ਕਿਉਂਕਿ ਮੈਨੂੰ ਤਾਂ ਐਕਚੁਅਲੀ ਫਲਾਈਟ ਚੜ੍ਹਨ ਦੀ ਲੋੜ ਵੀ ਨਹੀਂ ਸੀ ਸਾਨੂੰ ਤਾਂ ਉੜ ਕੇ ਜਾਂਦੀ ਤੂੰ ਚੜੇਲ ਮੈਂ ਉੜ ਕੇ ਜਾਂਦੀ ਮੈਂ ਤਾਂ